ਕੇਜਰੀਵਾਲ ਦੀ ਜ਼ਮਾਨਤ ਤੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਜਾਰੀ। ਐਸਸੀ ਸੁਪਰੀਮ ਕੋਰਟ ਨੇ ਈਡੀ ਤੋਂ ਪੁੱਛਿਆ 2 ਸਾਲ ਦੇ ਵਿੱਚ 100 ਕਰੋੜ ਕਿਵੇਂ ਹੋਏ 1100 ਕਰੋੜ ਦਾ। ਈਡੀ ਦਾ ਜਵਾਬ, ਸ਼ਰਾਬ ਪਾਲਿਸੀ ਦੇ ਫਾਇਦੇ ਕਾਰਨ ਵਧੀ ਰਕਮ। ਮਨੀਸ਼ ਸਿਸੋਦੀਆ ਦੀ ਫਿਰ ਵਧੀ ਨਿਆਇਕ ਹਿਰਾਸਤ। ਦਿੱਲੀ ਦੀ ਰਾਜ ਐਵਨਿਊ ਕੋਰਟ ਨੇ 15 ਮਈ ਤੱਕ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ। ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਨੇ ਸਿਸੋਦੀਆ। ਤੀਜੇ ਗੇੜ ਦੇ ਵਿੱਚ 11 ਸੂਬਿਆਂ ਦੀਆਂ 93 ਸੀਟਾਂ ਦੇ ਵੋਟਿੰਗ ਜਾਰੀ। ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਵਿੱਚ ਭੁਗਤਾਈ ਵੋਟ। ਖੜਗੇ ਨੇ ਕਰਨਾਟਕ ਦੇ ਵਿੱਚ ਕੀਤਾ ਵੋਟ ਹੱਕ ਦਾ ਇਸਤੇਮਾਲ। 11 ਵਜੇ ਤੱਕ ਕਰੀਬ 25% ਹੋਈ ਵੋਟਿੰਗ। ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਅੱਜ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ। 14 ਮਈ ਤੱਕ ਉਮੀਦਵਾਰ ਭਰ ਸਕਣਗੇ ਪਰਚੇ। 1 ਜੂਨ ਨੂੰ ਸਾਰੀਆਂ 13 ਸੀਟਾਂ ਲਈ ਹੋਏਗੀ ਵੋਟਿੰਗ। ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ 70 ਸਾਲਾ ਕਿਸਾਨ ਦੀ ਮੌਤ। ਤਰਨ ਤਾਰਨ ਦੇ ਪਿੰਡ ਸ਼ਹਬਾਜਪੁਰ ਦਾ ਰਹਿਣ ਵਾਲਾ ਸੀ ਕਿਸਾਨ ਜਸਵੰਤ ਸਿੰਘ। ਫਿਰੋਜ਼ਪੁਰ ਚ ਬੇਅਦਬੀ ਕਰ ਸਲਮਾਨ ਖਾਨ ਫਾਇਰਿੰਗ ਕੇਸ ਦੇ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫਤਾਰ। ਮੁੰਬਈ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਤੋਂ ਮੁਹੰਮਦ ਚੌਧਰੀ ਨੂੰ ਕੀਤਾ ਅਰੈਸਟ। ਦੋਵੇਂ ਸ਼ੂਟਰਾਂ ਦੀ ਮਦਦ ਕਰਨ ਦਾ ਇਲਜ਼ਾਮ। ਗੈਸ ਲਾਈਟਰ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ। ਅਸਮਾਨ ਤੱਕ ਉੱਠਿਆ ਧੂੰਏ ਦਾ ਗੁਬਾਰ। ਫੈਕਟਰੀ ਦੇ ਵਿੱਚ ਖੜੀਆਂ 2 ਗੱਡੀਆਂ ਵੀ ਅੱਗ ਦੀ ਲਪੇਟ ਦੇ ਵਿੱਚ ਆਈਆਂ। ਸਤਿ ਸ਼੍ਰੀ ਅਕਾਲ, ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਬੁਲੇਟਿਨ ਦੀ ਵੱਡੀ ਖਬਰ ਤੋਂ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ। ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਈਡੀ ਨੂੰ ਸਵਾਲ ਕੀਤੇ। ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ 2 ਸਾਲ ਦੇ ਵਿੱਚ 100 ਕਰੋੜ ਕਿਵੇਂ ਹੋਏ 1100 ਕਰੋੜ ਰੁਪਏ। ਈਡੀ ਦਾ ਜਵਾਬ ਇਸ ਤੇ ਆਇਆ ਕਿ ਸ਼ਰਾਬ ਪਾਲਿਸੀ ਦੇ ਫਾਇਦੇ ਕਾਰਨ ਰਕਮ ਜਿਹੜੀ ਹੈ ਉਹ ਵਧੀ ਹੈ। ਤਾਂ ਜਾਂਚ ਦੇ ਦੌਰਾਨ ਕੇਜਰੀਵਾਲ ਦੀ ਭੂਮਿਕਾ ਸਾਹਮਣੇ ਆਈ ਹੈ। ਈਡੀ ਨੇ ਦਾਅਵਾ ਕੀਤਾ ਸੁਪਰੀਮ ਕੋਰਟ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਾਡੀ ਜਾਂਚ ਕੇਜਰੀਵਾਲ ਦੇ ਖਿਲਾਫ ਨਹੀਂ ਸੀ। ਈਡੀ ਦਾ ਇਹ ਕਹਿਣਾ ਹੈ ਔਰ ਕੇਸ ਦੀ ਜਾਂਚ ਦੇ ਵਿੱਚ 2 ਸਾਲ ਕਿਵੇਂ ਲੱਗ ਗਏ। ਸੁਪਰੀਮ ਕੋਰਟ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਹੈ ਕਿ ਇੰਨਾ ਸਮਾਂ ਕਿਵੇਂ ਲੱਗ ਗਿਆ, 2 ਸਾਲ ਕਿਵੇਂ ਲੱਗ ਗਏ। ਤਾਂ ਸਭ ਤੋਂ ਅਹਿਮ ਸਵਾਲ ਹੈ, ਇਹ ਪੁੱਛਿਆ ਗਿਆ ਕਿ 100 ਕਰੋੜ ਦੀ ਥਾਂ ਤੇ 1100 ਕਰੋੜ ਕਿਵੇਂ ਹੋ ਗਏ ਔਰ 2 ਸਾਲ ਕਿਵੇਂ ਲੱਗ ਗਏ। ਤਾਂ ਦੱਸ ਦਈਏ ਕਿ ਬੇਹੱਦ ਅਹਿਮ ਸੁਣਵਾਈ ਹੈ ਕਿਉਂਕਿ ਪਿਛਲੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬੇਲ ਚੋਣ ਪ੍ਰਚਾਰ ਦੇ ਲਈ ਬੇਲ ਤੇ ਵਿਚਾਰ ਕੀਤਾ ਜਾ ਸਕਦਾ ਹੈ। ਤਾਂ ਕੁੱਲ ਮਿਲਾ ਕੇ ਅੱਜ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ, ਕਿਉਂਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ, ਸਭ ਤੋਂ ਵੱਡੇ ਆਗੂ। ਲਗਾਤਾਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ, ਜਦੋਂ ਤੋਂ 21 ਮਾਰਚ ਨੂੰ ਗ੍ਰਿਫਤਾਰੀ ਹੋਈ ਹੈ, ਉਦੋਂ ਤੋਂ ਬਾਅਦ ਸਿਆਸੀ ਕੰਮ ਸਾਂਦੀ ਲਈ ਦੀਆਂ ਸੜਕਾਂ ਏਵਨ ਪੂਰੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ। ਔਰ ਹੁਣ ਦੀ ਗੱਲ ਕੀਤੀ ਜਾਵੇ, ਜਿਹੜੀ ਸਾਰੀ ਚੋਣ ਕੈਂਪੇਨ ਹੈ ਉਹ ਵੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਆਲੇ ਦੁਆਲੇ ਘੁੰਮਦੀ। ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜ਼ੁਲਮ ਦਾ ਜਵਾਬ ਵੋਟ ਦੇ ਨਾਲ ਇਸ ਕਿਸਮ ਦੀ ਕੈਂਪੇਨ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ। ਤਾਂ ਅੱਜ ਨਜ਼ਰਾਂ ਟਿਕੀਆਂ ਹੋਈਆਂ ਨੇ ਦੇਸ਼ ਦੀ ਸਰਵਉੱਚ ਅਦਾਲਤ ਤੇ, ਸੁਪਰੀਮ ਕੋਰਟ ਤੇ, ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਸੁਣਵਾਈ ਰਹੇਗੀ। ਹਾਲਾਂਕਿ ਇਹ ਵੀ ਬੇਹੱਦ ਅਹਿਮ ਹੈ ਕਿ ਈਡੀ ਤੋਂ ਸਵਾਲ ਕੀਤੇ ਗਏ ਨੇ ਸੁਪਰੀਮ ਕੋਰਟ ਦੇ ਵੱਲੋਂ। 2 ਸਵਾਲ ਬੇਹੱਦ ਅਹਿਮ ਨੇ। ਪਹਿਲਾਂ ਪੁੱਛਿਆ ਗਿਆ ਕਿ 100 ਕਰੋੜ ਸਾਲ 2 ਸਾਲ ਦੇ ਵਿੱਚ 1100 ਕਰੋੜ ਕਿਵੇਂ ਹੋ ਗਏ, ਔਰ ਦੂਸਰਾ ਸਵਾਲ ਇਹ ਕੀਤਾ ਗਿਆ ਹੈ ਕਿ 2 ਸਾਲ ਇਹਨਾਂ ਸਮਾਂ ਜਾਂਚ ਦੇ ਵਿੱਚ ਕਿਵੇਂ ਲੱਗ ਗਿਆ। ਤਾਂ ਕੁੱਲ ਮਿਲਾ ਕੇ ਈਡੀ ਨੇ ਇਹ ਜਵਾਬ ਦਿੱਤਾ ਕਿ ਕੇਜਰੀਵਾਲ ਦੀ ਭੂਮਿਕਾ ਜਾਂਚ ਦੇ ਦੌਰਾਨ ਜਿਹੜੀ ਹੈ ਉਹ ਸਾਹਮਣੇ ਆਈ ਹੈ, ਔਰ ਪਹਿਲਾਂ ਸ਼ੁਰੂਆਤ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਹ ਜਾਂਚ ਨਹੀਂ ਸੀ। ਈਡੀ ਦਾ ਬੇਹੱਦ ਅਹਿਮ ਜਵਾਬ ਹੈ। ਤਾਂ ਬੇਹੱਦ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸੁਣਵਾਈ ਹੋ ਰਹੀ ਹੈ। ਹਾਲਾਂਕਿ ਇੰਤਜ਼ਾਰ ਇਹ ਵੀ ਹੈ ਕਿ ਆਖਰਕਾਰ ਫੈਸਲਾ ਕੀ ਹੋਏਗਾ, ਕਿਉਂਕਿ ਜ਼ਮਾਨਤ ਜੇਕਰ ਮਿਲਦੀ ਹੈ ਤਾਂ ਕੁੱਲ ਮਿਲਾ ਕੇ ਸਿਆਸਤ ਜਿਹੜੀ ਹੈ ਉਸ ਤੇ ਕਾਫੀ ਜ਼ਿਆਦਾ ਮੰਗ ਸਕਦੀ ਹੈ। ਤਾਂ ਕੁੱਲ ਮਿਲਾ ਕੇ ਦੱਸ ਦਈਏ ਕਿ ASG ਨੇ ਕਿਹਾ ਕਿ ਜਾਂਚ ਦੇ ਵਿੱਚ
ਇਹਨਾਂ ਦੀ ਭੂਮਿਕਾ ਸਾਹਮਣੇ ਆਈ ਹੈ। ਅਰਵਿੰਦ ਕੇਜਰੀਵਾਲ ਨੇ 100 ਕਰੋੜ ਰੁਪਏ ਮੰਗੇ ਨੇ, ਏ ਐਸ ਜੀ ਦਾ ਕਹਿਣਾ ਹੈ। ਤਾਂ ਕੇਜਰੀਵਾਲ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਦੱਸਦੀ ਕਿ ਜਾਰੀ ਹੈ। ਲਗਾਤਾਰ ਅਸੀਂ ਜ਼ਿਕਰ ਕਰ ਰਹੇ ਕਿ ਕੁਝ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਤਾਂ ਸੁਪਰੀਮ ਕੋਰਟ ਦਾ ਕਹਿਣਾ ਕਿ ਜਾਂਚ ਏਜੰਸੀ ਦੇ ਲਈ ਕਹਿਣਾ ਠੀਕ ਨਹੀਂ ਹੈ ਕਿ 2 ਸਾਲ ਲੱਗੇ। ਈਡੀ ਨੇ ਕਿਹਾ ਕਿ ਕੇਜਰੀਵਾਲ ਨੂੰ ਦੋਸ਼ ਮੁਕਤ ਕਰਨ ਵਾਲਾ ਕੋਈ ਬਿਆਨ ਨਹੀਂ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਹੈ, ਪੁੱਛਿਆ ਹੈ ਕੇਜਰੀਵਾਲ ਤੋਂ ਸਵਾਲ ਪੁੱਛਣ ਦੇ ਵਿੱਚ ਦੇਰੀ ਕਿਉਂ ਹੋਈ, ਯਾਨੀ ਕਿ ਕੁੱਲ ਮਿਲਾ ਕੇ ਕਿਉਂਕਿ 21 ਮਾਰਚ ਨੂੰ ਹਾਲ ਹੀ 'ਚ ਗ੍ਰਿਫਤਾਰੀ ਹੋਈ ਹੈ। ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਪਹਿਲਾਂ ਕੇਜਰੀਵਾਲ ਦੇ ਬਾਰੇ ਦੇ ਵਿੱਚ ਕਿਉਂ ਨਹੀਂ ਪੁੱਛਿਆ। ਤਾਂ ਈਡੀ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਪੁੱਛਦੇ ਤਾਂ ਜਾਣ ਬੁੱਝ ਕੇ ਨਾਮ ਲੈਣਾ ਹੁੰਦਾ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਬਿਆਨਾਂ ਦੇ ਵਿੱਚ ਪਹਿਲੀ ਵਾਰ ਕੇਜਰੀਵਾਲ ਦਾ ਨਾਮ ਕਦੋਂ ਆਇਆ ਹੈ ਤਾਂ ਸਵਾਲ ਕੀਤਾ ਗਿਆ। ਉਸ ਤੋਂ ਬਾਅਦ ਈਡੀ ਦਾ ਜਵਾਬ ਆਇਆ ਹੈ ਕਿ 23 ਫਰਵਰੀ 2023 ਨੂੰ ਕੇਜਰੀਵਾਲ ਦਾ ਜਿਹੜਾ ਨਾਮ ਹੈ ਉਹ ਬਿਆਨ ਦੇ ਵਿੱਚ ਆਇਆ ਹੈ। ਤਾਂ 21 ਮਾਰਚ ਨੂੰ ਗ੍ਰਿਫਤਾਰੀ ਹੋਈ ਹੈ, ਹਾਲਾਂਕਿ ਲਗਭਗ 2 ਸਾਲ ਤੋਂ ਇਹ ਜਿਹੜੀ ਹੈ ਉਹ ਕਾਰਵਾਈ ਚੱਲ ਰਹੀ ਹੈ। ਇਸੇ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਗ੍ਰਿਫਤਾਰ ਨੇ, ਇਸ ਤੋਂ ਪਹਿਲਾਂ ਸੰਜੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਗ੍ਰਿਫਤਾਰੀਆਂ ਹੋਈਆਂ ਨੇ ਵੱਡੇ ਆਗੂਆਂ ਦੀਆਂ, ਪਰ 21 ਮਾਰਚ ਨੂੰ ਹਾਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ, ਜਿਸ 'ਤੇ ਕਿ ਸੁਣਵਾਈ ਚੱਲ ਰਹੀ ਹੈ। ਔਰ ਬੇਹੱਦ ਅਹਿਮ ਟਿੱਪਣੀਆਂ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਦੀਆਂ ਸਾਹਮਣੇ ਆ ਰਹੀਆਂ ਨੇ, ਤੇ ਨਾਲੇ ਈਡੀ ਦੇ ਜਵਾਬ ਵੀ। ਉਧਰ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ ਫਿਰ ਤੋਂ ਵਧੀ ਹੈ, ਤਾਂ ਵੱਡੀ ਖਬਰ ਹੈ। ਮਨੀਸ਼ ਸਿਸੋਦੀਆ 15 ਮਈ ਤੱਕ ਨਿਆਇਕ ਹਿਰਾਸਤ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ। ਦਿੱਲੀ ਦੀ ਰਾਜ ਐਵਨਿਊ ਕੋਰਟ ਨੇ ਦੱਸਦੀ ਕਿ ਕਸਟਡੀ ਵਧਾਈ ਹੈ, ਤਾਂ ਮਾਮਲੇ ਦੇ ਵਿੱਚ ਹੁਣ 15 ਮਈ ਨੂੰ ਸੁਣਵਾਈ ਹੋਏਗੀ। ਤਾਂ ਦਿੱਲੀ ਐਕਸਾਈਜ਼ ਕੇਸ ਦੇ ਵਿੱਚ ਗ੍ਰਿਫਤਾਰ ਨੇ ਸਿਸੋਦੀਆ, ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਸਿਸੋਦੀਆ। ਔਰ ਹੁਣ ਮਨੀਸ਼ ਸਿਸੋਦੀਆ ਦੀਆਂ ਅਸੀਂ ਕਹਿ ਸਕਦੇ ਹਾਂ ਕਿ ਫਿਰ ਤੋਂ ਮੁਸ਼ਕਿਲਾਂ ਅਸੀਂ ਕਹਿ ਸਕਦੇ ਹਾਂ ਕਿ ਬਰਕਰਾਰ ਰਹੀਆਂ ਨੇ, ਮੁਸ਼ਕਿਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆਈਆਂ, ਕਿਉਂਕਿ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ 15 ਮਈ ਤੱਕ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਜ਼ਰੂਰ ਪਾਈ ਗਈ ਸੀ, ਪਰ ਜ਼ਮਾਨਤ ਨਹੀਂ ਮਿਲੀ। ਅੱਗੇ ਵਧਾਂਗੇ ਪੰਜਾਬ ਦੇ ਵੱਲ ਰੁੱਖ ਕਰਦੇ ਹਾਂ, ਤਾਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਦਾ ਵਿਰੋਧ ਹੋਇਆ। ਗਿੱਦੜਬਾਹਾ ਦੇ ਪਿੰਡ ਹਰੀਕੇ ਕਲਾਂ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਹੈ। ਕਿਸਾਨਾਂ ਨੇ ਹੰਸਰਾਜ ਹੰਸ ਨੂੰ ਸਵਾਲ ਕੀਤੇ ਨੇ। ਹੰਸਰਾਜ ਹੰਸ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਦੇ ਧੱਕੇ ਦੇ ਖਿਲਾਫ ਹਾਂ, ਮੈਂ ਕਿਹਾ ਕਿ ਮੈਂ MP ਬਣਿਆ ਤਾਂ ਤੁਹਾਡੇ ਨਾਲ ਤੁਰ ਪਿਆ ਕਰਨਾ, ਯਾਨੀ ਕਿ ਆਪਣੇ ਭਾਸ਼ਾ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਦੋਂ ਮੈਂ MP ਬਣਿਆ ਤਾਂ ਮੈਂ ਤੁਹਾਡੇ ਨਾਲ ਤੁਰਿਆ ਕਰਾਂਗਾ, ਯਾਨੀ ਕਿ ਜਾਇਆ ਕਰਾਂਗਾ। ਸਵਾਮੀਨਾਥਨ ਦੀ ਰਿਪੋਰਟ ਉੱਤਮ ਖੇਤੀ ਮਾਧਿਅਮ ਨਿਖਤ ਚ ਆ ਗਈ, ਸਾਨੂੰ ਭਾਰਤ ਆਇਆ ਅੱਜ ਤੱਕ, ਅਸੀਂ ਮੁਫ਼ਤ ਕੁਛ ਨੀ ਮੰਗਦੇ, ਨਾ ਬਿਜਲੀ, ਨਾ ਕਰਜ਼ਾ ਮਾਫ਼ੀ ਮੰਗਦੇ ਆ। ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ, ਮੰਗਦੇ ਹਰਿਆਣੇ ਦੇ ਮੁੱਖ ਮੰਤਰੀ ਤੋਂ ਬਿਨਾਂ ਪੱਤਾ ਨੀ ਝੂਲਦਾ। ਕੀ ਬੈਰੀਗੇਟ ਕਰਨੇ, ਕਿੱਲ ਕੱਟਨੇ, 35,000 ਅਥਰੂ ਗੈਸ ਦਾ ਗੋਲਾ ਲਿਆ ਕੇ ਉੱਥੇ ਰੱਖ ਤਾ, ਅਥਰੂ ਗੈਸ ਦੇ ਗੋਲੇ ਸੁੱਟਤੇ, ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ, ਨੌਜਵਾਨਾਂ ਦੇ ਇੱਕ ਲੰਗਰ ਵਰਤਾਉਣ ਆਇਆ ਸੀ ਹੰਸਰਾਜ ਜੀ, ਤੁਹਾਨੂੰ ਮੈਂ ਬਾਬਿਓ ਬਾਬਿਓ ਲੰਗਰ ਵਰਤਾਉਣ ਆਇਆ ਬੰਦਾ ਮਿਰਤਪਾਲ ਬਾਬਿਓ, ਮਹਾਰਾਣੀ ਪਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ
ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਹਾਂ, ਤੁਹਾਡਾ ਸਤਿਕਾਰ ਕੀਤਾ ਨਾ ਜੀ, ਸਵਾਲ ਜਵਾਬ ਕੀਤੇ ਅਸੀਂ, ਤੇ ਸੁਣੋ ਮੇਰੀ ਗੱਲ, ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ, ਬੀਜੇਪੀ ਸਰਕਾਰ ਨੂੰ, ਕਿ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ? ਹੁਣ ਆਨਸਰ ਲੈ ਲਓ ਸਾਰੀਆਂ ਗੱਲਾਂ, ਮੋਦੀ ਤੋਂ ਸ਼ੁਰੂ ਹੋ ਜਾਓ। ਜਿੱਥੇ ਵੀ ਕਿਸੇ ਸਿਸਟਮ ਵਿੱਚ, ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੀ ਮੈਂ ਤੇ ਖਿਲਾਫ, ਕਿਸੇ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਦਦੁਆ ਹੀ ਦੇ ਸਕਦਾ, ਜਾਂ ਮੈਂ ਕਹਿੰਦਾ ਇਹ ਸੱਚਾ ਪਾਤਸ਼ਾਹ ਇਨਸਾਨ। ਪ੍ਰਧਾਨ ਮੰਤਰੀ ਨੂੰ ਕਹੋਗੇ, ਸੱਚਾ ਪਾਤਸ਼ਾਹ ਦੀ ਕਰੋਗੇ ਜੀ ਮਹਾਰਾਣੀ ਤੇ? ਮਹਾਰਾਣੀ ਮੰਤਰੀ ਨੂੰ ਕਹਿ ਰਹੇ ਹੋ? ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬੜਾ ਕੀਤਾ ਉਹਨਾਂ ਨੇ, ਕਹਿ ਰਹੇ ਉਧਰ ਮਹਾਰਾਣੀ ਤੇ ਕਿੰਨੇ ਦਾ ਦਰਜ ਹੋਊ ਫਿਰ ਜੀ? ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ, ਜਿਹਨੇ ਵੀ ਕੀਤਾ, ਜਿਹਨੇ ਕੋਈ ਦਾ ਪੁੱਤ ਮਰਿਆ ਕਸੂਰ ਮਾਰਿਆ ਨਾ, ਤੁਸੀਂ ਐਮਪੀ ਬਣ ਕੇ ਕੀ ਜਾਓਗੇ ਅੰਸਰ ਜੀ? ਇਹ ਪਾਰਟੀ ਦੇ ਫਿਰ ਇਹ ਪਾਰਟੀ ਦੇ ਐਮਪੀ ਬਣ ਕੇ ਆਪਾਂ ਕੀ ਕਰਾਂਗੇ? ਆਪਣਾ ਪਾਰਟੀ ਦਾ ਕਰੈਕਟਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਹਾਡੇ ਨਾਲ ਤੁਰ ਪਿਆ ਕਰਾਂ, ਕਰੈਕਟਰ ਦੀ ਗੱਲ ਨਹੀਂ ਸਰ, ਮੈਂ ਤੁਹਾਡੇ ਨਾਲ ਤੁਰ ਪਿਆ ਕਰਾਂ, ਤੁਸੀਂ ਮੰਨ ਕੇ ਚੱਲੋ ਅੱਜ ਤੁਸੀਂ ਲੋਟ ਲਓਗੇ, ਮੈਂ ਤੁਰ ਲਿਆ, ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਾਹ ਮਿਲੂ, ਆਹ ਰੰਗ ਲਾ ਕੇ ਆ ਤਾਂ ਸਾਨੂੰ ਦਿੱਲੀ ਜਾਣ ਦਾ ਰਸਤਾ, ਅਸੀਂ ਦਿੱਲੀ ਜਾ ਸਕਦੇ ਆ ਨਹੀਂ ਜਾ ਸਕਦੇ? ਕੋਈ ਨਾ ਲੇਟ ਅਸੀਂ ਤੜਕੇ ਦੀ ਡਿੱਕੀ ਨਹੀਂ, ਤੁਸੀਂ ਆਖ ਕੇ ਸਾਡੇ 17 ਏਕੜ ਦਾ ਕਾਨੂੰਨ ਆ, ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ। ਤਾਂ ਇਹ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਕੀਤੇ ਗਏ ਨੇ, ਦਿੱਤੇ ਗਏ ਨੇ ਹੰਸਰਾਜ ਹੰਸ ਵੱਲੋਂ, ਤਾਂ ਕਿੱਧਰ ਬਾਹਾ ਦੇ ਵਿੱਚ ਹੰਸਰਾਜ ਹੰਸ ਪਹੁੰਚੇ ਸਨ, ਔਰ ਇੱਥੇ ਇੱਕ ਵਿਰੋਧ ਦਾ ਸਾਹਮਣਾ ਫਿਰ ਤੋਂ ਕਰਨਾ ਪਿਆ। ਸਵਾਮੀਨਾਥਨ ਦੀ ਰਿਪੋਰਟ ਉੱਤਮ ਖੇਤੀ ਮਾਧਿਅਮ ਪਾਲ ਨਿਖਿਤ ਚਾਗਰੀ ਸਾਨੂੰ ਭਾਰਤ ਆਇਆ ਅੱਜ ਤੱਕ, ਅਸੀਂ ਮੁਫ਼ਤ ਕੁਛ ਨੀ ਮੰਗਦੇ, ਨਾ ਬਿਜਲੀ, ਨਾ ਕਰਜ਼ਾ ਮਾਫ਼ੀ ਮੰਗਦੇ ਆ, ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ, ਮੰਗਦੇ ਇਹ ਮੰਗਦੇ ਨਾ ਬਣਾਓ। ਇੱਕ ਮਿੰਟ ਹੈ ਹੰਸਰਾਜ ਜੀ, ਇੱਕ ਮਿੰਟ ਯਾਰ ਬਾਈ, ਆਪੇ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ। ਅਹਿਮਦ ਸ਼ਾਹ ਗ੍ਰਹਿ ਮੰਤਰੀ ਨੂੰ ਦੋਸ਼ੀ ਮੰਨਦੇ ਹੋਏ ਘੱਟ ਲਾ, ਅਹਿਮਦ ਸ਼ਾਹ ਗ੍ਰਹਿ ਮੰਤਰੀ ਨਰਿੰਦਰ ਮੋਦੀ ਹਮਲਾ ਹੋਇਆ, ਜਿਹੜਾ ਹਮਲਾ ਹੋਇਆ, ਪ੍ਰਧਾਨ ਮੰਤਰੀ ਤੋਂ ਬਿਨਾਂ ਪੱਤਾ ਨਹੀਂ ਝੂਲਦਾ, ਹਰਿਆਣੇ ਦੇ ਮੁੱਖ ਮੰਤਰੀ ਤੋਂ ਬਿਨਾਂ ਪੱਤਾ ਨਹੀਂ ਝੂਲਦਾ, ਕੀ ਬੈਰੀਗੇਟ ਕਰਨੇ, ਕਿੱਲ ਕੱਟਨੇ, 35,000 ਅਥਰੂ ਗੈਂਸ ਦਾ ਗੋਲਾ ਲਿਆ ਕੇ ਉੱਥੇ ਰੱਖ ਤਾ, ਅਥਰੂ ਗੈਂਸ ਦੇ ਗੋਲੇ ਸੁੱਟਤੇ, ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ, ਨੌਜਵਾਨਾਂ ਦੇ ਇੱਕ ਲੰਗਰ ਵਰਤਾਉਣ ਆਇਆ ਸੀ ਹੰਸਰਾਜ ਜੀ, ਤੁਹਾਨੂੰ ਮੈਂ ਬਾਬਿਓ ਬਾਬਿਓ ਲੰਗਰ ਵਰਤਾਉਣ ਆਇਆ ਬੰਦਾ ਮਿਰਤਪਾਲ ਬਾਬਿਓ, ਮਹਾਰਾਣੀ ਪਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ, ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਹਾਂ, ਤੁਹਾਡਾ ਸਤਿਕਾਰ ਕੀਤਾ ਨਾ ਜੀ, ਸਵਾਲ ਜਵਾਬ ਕੀਤੇ ਅਸੀਂ, ਤੇ ਸੁਣੋ ਮੇਰੀ ਗੱਲ, ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ, ਬੀਜੇਪੀ ਸਰਕਾਰ ਨੂੰ, ਕਿ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ? ਹੁਣ ਆਨਸਰ ਲੈ ਲਓ ਸਾਰੀਆਂ ਗੱਲਾਂ, ਬਸ ਹੁਣ ਮੋਦੀ ਤੋਂ ਸ਼ੁਰੂ ਹੋ ਜਾਓ। ਜਿੱਥੇ ਵੀ ਕਿਸੇ ਸਿਸਟਮ ਵਿੱਚ, ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੀ ਮੈਂ ਤੇ ਖਿਲਾਫ, ਕਿਸੇ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਦਦੁਆ ਹੀ ਦੇ ਸਕਦਾ, ਜਾਂ ਮੈਂ ਕਹਿੰਦਾ ਇਹ ਸੱਚਾ ਪਾਤਸ਼ਾਹ। ਪ੍ਰਧਾਨ ਮੰਤਰੀ ਨੂੰ ਕਹੋਗੇ ਦਰਜ ਕਰੋਗੇ ਜੀ ਮਹਾਰਾਣੀ ਤੇ? ਮਹਾਰਾਣੀ ਮੰਤਰੀ ਨੂੰ ਕਹਿ ਰਹੇ ਹੋ? ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬੜਾ ਕੀਤਾ ਉਹਨਾਂ ਨੇ, ਕਹਿ ਰਹੇ ਹੋ ਉਧਰ ਮਹਾਰਾਣੀ ਤੇ ਕਿੰਨੇ ਦਾ ਦਰਜ ਹੋਊ ਫਿਰ ਜੀ? ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ, ਜਿਹਨੇ ਵੀ ਕੀਤਾ, ਜਿਹਨੇ ਕੋਈ ਦਾ ਪੁੱਤ ਮਰਿਆ ਕਸੂਰ ਮਾਰਿਆ ਨਾ, ਤੁਸੀਂ ਕੀ ਐਮਪੀ ਬਣ ਕੇ ਕੀ ਜਾਓਗੇ ਅੰਸਰ ਜੀ? ਇਹ ਪਾਰਟੀ ਦੇ ਫਿਰ ਇਹ ਪਾਰਟੀ ਦੇ ਐਮਪੀ ਬਣ ਕੇ ਆਪਾਂ ਕੀ ਕਰਾਂਗੇ? ਆਪਣਾ ਪਾਰਟੀ ਦਾ ਕਰੈਕਟਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਹਾਡੇ ਨਾਲ ਤੁਰ ਪਿਆ ਕਰਾਂ, ਕਰੈਕਟਰ ਦੀ ਗੱਲ ਨਹੀਂ ਸਰ, ਮੈਂ ਤੁਹਾਡੇ ਨਾਲ ਤੁਰ ਪਿਆ ਕਰਾਂ, ਤੁਸੀਂ ਮੰਨ ਕੇ ਚੱਲੋ ਅੱਜ ਤੁਸੀਂ ਲੋਟ ਲਓਗੇ, ਮੈਂ ਤੁਰ ਲਿਆ, ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਾਹ ਮਿਲੂ, ਆਹ ਰੰਗ ਲਾ ਕੇ ਆ ਤਾਂ ਸਾਨੂੰ ਦਿੱਲੀ ਜਾਣ ਦਾ ਰਸਤਾ, ਅਸੀਂ ਦਿੱਲੀ ਜਾ ਸਕਦੇ ਹਾਂ ਨਹੀਂ ਜਾ ਸਕਦੇ?
ਗਿੱਦੜਬਾਹਾ ਦਾ ਪਿੰਡ ਹਰੀਕੇ ਕਲਾਂ ਸੀ ਜਿੱਥੇ ਕਿ ਵਿਰੋਧ ਹੋਇਆ। ਅੱਗੇ ਵਧਾਂਗੇ ਬਠਿੰਡਾ ਦੇ ਵੱਲ ਰੁੱਖ ਕਰਦੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਰਦੀਆਂ ਦਾ ਵਿਰੋਧ ਹੋਇਆ। ਬਠਿੰਡਾ ਦੇ ਘੁੱਦਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਦੱਸਦੇ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਵਾਂਗੇ। ਕਿਸਾਨ ਇਹ ਕਹਿ ਰਹੇ ਨੇ ਇਸ ਪਿੰਡ ਦੇ ਵਿੱਚ ਔਰ ਪਹਿਲਾਂ 49 ਏਕੜ ਸੜੀ ਕਣਕ ਦਾ ਮੁਆਵਜ਼ਾ ਦੇਵੇ ਸਰਕਾਰ। ਤਾਂ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ। ਤਾਂ 19 ਅਪ੍ਰੈਲ ਨੂੰ ਪਿੰਡ ਦੇ ਵਿੱਚ ਕਣਕ ਸੜੀ ਸੀ ਔਰ ਉਸ ਤੋਂ ਬਾਅਦ ਹੁਣੇ ਵਿਰੋਧ ਕੀਤਾ ਗਿਆ ਹੈ। ਪਿੰਡ ਘੁੱਦਾ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਦੱਸ ਦਈਏ ਕਿ ਕਣਕਾਂ ਦੀ ਵਾਢੀ ਜਿਹੜੀ ਆ ਚੱਲ ਰਹੀ ਹੈ ਔਰ ਉਸ ਨੂੰ ਲੈ ਕੇ ਜ਼ਿਆਦਾਤਰ ਹਾਲਾਂਕਿ ਕਣਕਾਂ ਜਿਹੜੀਆਂ ਨੇ ਸਾਂਭ ਦਿੱਤੀਆਂ ਗਈਆਂ ਨੇ। ਕਹਿ ਲਈਏ ਕਿ ਵਿਕਰੀ ਹੋ ਕੇ ਉਸ ਤੋਂ ਬਾਅਦ ਜਿਹੜਾ ਵਾਹਨ ਹੈ ਉਸ ਨੂੰ ਵੇਖਿਆ ਜਾ ਰਿਹਾ ਅੱਗੇ। ਪਰ ਇਸ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਈ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਔਰ ਕਾਫੀ ਏਕੜ ਫਸਲ ਜਿਹੜੀ ਹੈ ਉਹ ਸੜੀ। ਅੱਗੇ ਵਧਾਂਗੇ ਤਾਂ ਲੁਧਿਆਣਾ ਦੇ ਵਿੱਚ ਹੋਏ ਕਨਈਆ ਮਿੱਤਲ ਦੇ ਸਮਾਗਮ ਤੇ ਵਿਵਾਦ ਦਾ ਮਾਮਲਾ ਹੈ। ਕਨਈਆ ਦੀ ਟਿੱਪਣੀ ਤੋਂ ਈਸਾਈ ਭਾਈਚਾਰਾ ਨਾਰਾਜ਼ ਹੈ। ਤਾਂ ਲੁਧਿਆਣਾ ਦੇ ਡੀਸੀ ਦੇ ਕੋਲ ਕਨਈਆ ਅਤੇ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਕੀਤੀ ਗਈ ਹੈ। ਕਨਈਆ ਮਿੱਤਲ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ ਔਰ ਕਨਈਆ ਨੇ ਉਹਨਾਂ ਕਿਹਾ ਕਿ ਈਸਾਈ ਭਾਈਚਾਰੇ ਦਾ ਅਪਮਾਨ ਕੀਤਾ। ਤਾਂ ਈਸਾਈ ਭਾਈਚਾਰੇ ਦੇ ਵੱਲੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਤੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਦੇ ਵਿੱਚ ਹੋਏ ਕਨਈਆ ਮਿੱਤਲ ਦੇ ਪ੍ਰੋਗਰਾਮ 'ਚ ਦੋਵੇਂ ਮੌਜੂਦ ਸਨ। ਬਿੱਟੂ ਅਤੇ ਵੜਿੰਗ ਦੇ ਸਾਹਮਣੇ ਹੀ ਕਨਈਆ ਮਿੱਤਲ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਮੰਦਰ ਗੁਰਦੁਆਰੇ ਬਣਨ, ਵੱਧ ਤੋਂ ਵੱਧ ਚਰਚ ਬਣਨ ਦੀ ਜਗ੍ਹਾ ਨਹੀਂ। ਮੈਂ ਅਗਰ ਕਹਿ ਰਹਾ ਹੂੰ ਤੋ ਪੰਜਾਬ ਮੇਂ ਜ਼ਿਆਦਾ ਸੇ ਜ਼ਿਆਦਾ ਮੰਦਰ ਜਿਹੜੇ ਰੱਖਦੇ ਆ ਉਹ ਇਹ ਗੱਲ ਤੋਂ ਸੁਚੇਤ ਹੋਣ ਵੀ ਕੋਈ ਗੱਲ ਇਦਾਂ ਦੀ ਨਾ ਹੋਵੇ ਜਿਹਦਾ ਕਰਕੇ ਹੇਟ ਸਪੀਚ ਕਰਕੇ ਦੋ ਫਿਰਕਿਆਂ ਦਾ ਦੋ ਧਰਮਾਂ ਦਾ ਆਪਸ ਦੇ ਵਿੱਚ ਫਰਕ ਪਵੇ ਤਾਂ ਕਿ ਸ਼ਾਂਤੀ ਬਣੀ ਰਹੇ। ਜਿਹੜੀ ਮੈਨੇਜਮੈਂਟ ਕਮੇਟੀਆਂ ਇੱਦਾਂ ਦਾ ਪ੍ਰੋਗਰਾਮ ਕਰਾਉਂਦੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਉਹ ਦਿਸ਼ਾ ਨਿਰਦੇਸ਼ ਦੇ ਕੇ ਇੱਦਾਂ ਦੇ ਕਲਾਕਾਰਾਂ ਨੂੰ ਸਟੇਜ 'ਤੇ ਚੜ੍ਹਾਉਣ। ਪੂਰੀ ਸ਼ਿਕਾਇਤਾਂ ਨੇ ਦੇਤੀ ਹੈ ਸ਼ਿਕਾਇਤ ਦੀ, ਇਸ ਕਮੇਟੀ ਦੇ ਖਿਲਾਫ਼ ਵੀ ਸ਼ਿਕਾਇਤ ਦਰਜ ਕਰਾਤੀ ਗਈ। ਜੇ ਪਹਿਲਾਂ ਤੁਹਾਨੂੰ ਇੱਕ ਜਰਨੈਲ ਨਜ਼ਰ ਆਉਂਦਾ ਸੀ ਤਾਂ ਹੁਣ ਇੱਥੇ ਤੁਹਾਨੂੰ ਜੋੜੀ ਨਜ਼ਰ ਆਉਂਦੀ ਆ। ਇਹ ਲੜਾਈ ਇਹਨਾਂ ਨੇ ਲੜਨੀ ਹੈ ਕਿ ਤੁਹਾਡੇ ਜਿਵੇਂ ਪਾਈਏ ਉਦੋਂ ਮੁੱਖ ਧਾਰਾ ਦੇ ਵਿੱਚ ਇਹ ਸੀਗੇ, ਹੁਣ ਮੁੱਖ ਧਾਰਾ ਦੇ ਵਿੱਚ ਤੁਸੀਂ ਇਹ ਕੀ ਪਹਿਲੇ ਡਿਸਾਈਡ ਕੀਤਾ ਸੀ ਭਾਈ ਵਾਰੀ ਨਾਲ ਚੱਲਾਂਗੇ ਕਦੇ ਤੁਸੀਂ ਦੂਜੇ ਰੀ ਮਰੀ? ਇਹ ਤਾਂ ਪਾਰਟੀ ਦਾ ਹੁਕਮ ਹੈ, ਪਾਰਟੀ ਨੇ ਔਰਤਾਂ ਨੂੰ ਅੱਗੇ ਲੈ ਕੇ ਆਉਣਾ ਸੀ। ਕਿਸਾਨ ਮੇਰੇ ਵੀਰ ਹੈ, ਮੈਂ ਖਾਸ ਕਰਕੇ ਆਪਣੇ ਹਲਕੇ ਦੀ ਗੱਲ ਕਰੂੰਗਾ। ਪਾਰਟੀ ਦੇ ਹੁਕਮ ਦੇ ਅਨੁਸਾਰ ਉਹਨਾਂ ਨੇ ਇਸ ਵਾਰ ਲੇਡੀਜ਼ ਨੂੰ ਅੱਗੇ ਕੀਤਾ ਹੈ। ਹੁਸ਼ਿਆਰਪੁਰ ਦੀ ਸਿਆਸੀ ਜੰਗ ਵੀ ਇਸ ਵਾਰ ਦਿਲਚਸਪ ਹੋਣ ਵਾਲੀ ਆ। ਬੀਜੇਪੀ ਨੇ ਆਪਣੇ ਜੰਗ ਦੇ ਜਰਨੈਲ ਦਾ ਚਿਹਰਾ ਬਦਲਿਆ, ਘਰ ਨਹੀਂ ਬਦਲਿਆ, ਚਿਹਰਾ ਬਦਲਿਆ। ਬੀਜੇਪੀ ਨੇ ਇਸ ਸਿਆਸੀ ਜੰਗ ਦੇ ਲਈ ਮੌਜੂਦਾ ਸਾਂਸਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੋਰਾਂ ਦੀ ਧਰਮ ਪਤਨੀ ਨੂੰ ਇਸ ਵਾਰ ਆਪਣਾ ਸਿਆਸੀ ਜਰਨੈਲ ਚੁਣਿਆ। ਸੋਮ ਪ੍ਰਕਾਸ਼ ਜੀ ਹੁਣੀ ਤਿਆਰੀਆਂ ਦੇ ਵਿੱਚ ਲੱਗ ਗਏ ਨੇ ਆਪਣੀ ਪਤਨੀ ਦੇ ਨਾਲ
ਉਹਨਾਂ ਨੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਜੇ ਪਹਿਲਾਂ ਤੁਹਾਨੂੰ ਇੱਕ ਜਰਨੈਲ ਨਜ਼ਰ ਆਉਂਦਾ ਸੀ ਤਾਂ ਹੁਣ ਇੱਥੇ ਤੁਹਾਨੂੰ ਜੋੜੀ